ਨਕਲੀ ਡੀਐਸਪੀ ਬਣ ਕੇ ਘੁੰਮਣ ਵਾਲਾ ਨੌਜਵਾਨ ਜੰਮੂ ਪੁਲਿਸ ਦੇ ਅੜਿੱਕੇ ਚੜ੍ਹਿਆ। ਦਰਅਸਲ ਇਸ ਦਾ ਪਿਛੋਕੜ ਕੀ ਹੈ ਤੇ ਇਸ ਦਾ ਨਾਮ ਕੀ ਹੈ ਤੇ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ, ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਖਬਰ ਦੇ ਦੌਰਾਨ ਸਾਂਝੀ ਕਰਾਂਗੇ। ਦਰਅਸਲ ਡੀਐਸਪੀ ਦੀ ਵਰਦੀ ਦੇ ਵਿੱਚ ਬੈਠਾ ਸ਼ਖਸ ਜੋ ਨਜ਼ਰ ਆ ਰਿਹਾ ਉਹ ਨਕਲੀ ਡੀਐਸਪੀ ਹੈ ਤੇ ਉਸਦਾ ਇੱਕ ਸਾਥੀ ਜਿਹੜਾ ਕਿ ਕਿਸੇ ਪੰਜਾਬ ਦੇ ਹੋਰ ਕੋਨੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ। ਹੁਣ ਇਹਨਾਂ ਦੋਵਾਂ ਦੇ ਖਿਲਾਫ਼ ਸ਼੍ਰੀਨਗਰ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਹੈ। ਤਾਂ ਇਸ ਤਰ੍ਹਾਂ ਇਹ ਨਕਲੀ ਵਰਦੀ ਪਹਿਣ ਕੇ ਘੁੰਮ ਕਿਉਂ ਰਹੇ ਸੀ ਅਤੇ ਇਸ ਦਾ ਮਕਸਦ ਕੀ ਸੀ, ਕੀ ਵਰਦੀ ਪਾ ਕੇ ਲੋਕਾਂ ਨੂੰ ਠੱਗਣਾ ਚਾਹੁੰਦੇ ਸੀ ਜਾਂ ਫਿਰ ਕੋਈ ਹੋਰ ਵਜ੍ਹਾ ਹੈ, ਇਸ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਦਰਅਸਲ ਜੰਮੂ ਦੇ ਵਿੱਚ ਖੰਨੇ ਦਾ ਇਹ ਦੱਸਿਆ ਜਾ ਰਿਹਾ ਕਿ ਖੰਨਾ ਦਾ ਫਰਜ਼ੀ ਡੀਐਸਪੀ ਗ੍ਰਿਫਤਾਰ ਹੋਇਆ, ਇੰਟਰਨੈਸ਼ਨਲ ਕਬੱਡੀ ਖਿਡਾਰੀ ਦੱਸਿਆ ਜਾ ਰਿਹਾ ਜਿਹੜਾ ਕਿ ਇਹ ਮੁਲਜ਼ਮ ਕਾਬੂ ਆਇਆ। ਔਰ ਸੁਤੰਤਰ ਦਿਹਾੜੇ ਦੇ ਮੌਕੇ ਅਮਰਨਾਥ ਯਾਤਰਾ ਨੂੰ ਲੈ ਕੇ ਜਾਂਚ ਦੇ ਵਿੱਚ ਪੁਲਿਸ ਆ ਜਿਹੜੀ ਉਹ ਲੱਗੀ ਹੋਈ ਸੀ ਜਿਸ ਦੇ ਦੌਰਾਨ ਇਸ ਨੂੰ ਕਾਬੂ ਕੀਤਾ ਗਿਆ। ਹੁਣ ਇਸ ਦਾ ਨਾਮ ਕੀ ਹੈ, ਖੰਨਾ ਦੇ ਥਾਣਾ ਦੁਰਾਹਾ ਅਧੀਨ ਪੈਂਦੇ ਪਿੰਡ ਕਦੋਂ ਦਾ ਰਹਿਣ ਵਾਲਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਕਰਨਵੀਰ ਸ਼ਰਮਾ ਹੈ ਜਿਹੜਾ ਕਿ ਪੁਲਿਸ ਦੀ ਵਰਦੀ 'ਚ ਨਜ਼ਰ ਆ ਰਿਹਾ ਹੈ। ਜੰਮੂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਕਰਨਵੀਰ ਪੰਜਾਬ ਪੁਲਿਸ ਦਾ ਫਰਜ਼ੀ ਡੀਐਸਪੀ ਬਣ ਕੇ ਨਹਿਰੂ ਪਾਰਕ ਦੇ ਵਿੱਚ ਘੁੰਮ ਰਿਹਾ ਸੀ ਜਿੱਥੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਹੋਰ ਸ਼ਖਸ ਆ ਜਿਹੜਾ ਨੌਜਵਾਨ ਮੁੰਡਾ ਉਸਦੇ ਨਾਲ ਬੈਠਾ ਦਿਖਾਈ ਦੇ ਰਿਹਾ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ। ਦੱਸਿਆ ਜਾ ਰਿਹਾ ਸ਼੍ਰੀਨਗਰ ਪੁਲਿਸ ਨੇ ਦੋਵਾਂ ਦੇ ਖਿਲਾਫ਼ ਕੇਸ ਵੀ ਦਰਜ ਕੀਤਾ ਹੈ ਔਰ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹਨਾਂ ਦਾ ਇਸ ਤਰ੍ਹਾਂ ਘੁੰਮਣਾ, ਫਰਜ਼ੀ ਵਰਦੀ ਦੇ ਵਿੱਚ ਘੁੰਮਣਾ, ਡੀਐਸਪੀ ਬਣ ਕੇ ਘੁੰਮਣਾ, ਇਸ ਦਾ ਮਕਸਦ ਕੀ ਸੀ। ਇਸ ਦੀ ਜਾਂਚ ਹੁਣ ਉੱਥੋਂ ਦੀ ਪੁਲਿਸ ਕਰੇਗੀ ਔਰ ਇਸ ਦੇ ਬਾਰੇ ਪੰਜਾਬ ਪੁਲਿਸ ਦੇ ਨਾਲ ਸੰਬੰਧਿਤ ਥਾਣੇ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਇਹ ਦੱਸਿਆ ਜਾ ਰਿਹਾ ਕਿ ਸ਼੍ਰੀਨਗਰ ਪੁਲਿਸ ਆਜ਼ਾਦੀ ਦਿਹਾੜੇ ਮੌਕੇ ਅਮਰਨਾਥ ਯਾਤਰਾ ਦੇ ਨਾਲ ਜੁੜੀ ਕੁਝ ਥਾਵਾਂ ਦੇ ਉੱਤੇ ਜਾਂਚ ਪੜਤਾਲ ਕਰ ਰਹੀ ਸੀ ਅਤੇ ਇਸੇ ਦੇ ਦੌਰਾਨ ਹੀ ਉਹਨਾਂ ਨੂੰ ਇਸ ਦੇ ਉੱਤੇ ਨਜ਼ਰ ਪੈਂਦੀ ਹੈ ਅਤੇ ਕਿਸੇ ਪ੍ਰਕਾਰ ਦੀ ਕੋਈ ਵੱਡੀ ਸਾਜਿਸ਼ ਤਾਂ ਨਹੀਂ ਸੀ। ਇੱਥੇ ਇਹ ਦੱਸਣਾ ਬਣਦਾ ਕਿ ਕਰਨਵੀਰ ਦਾ ਕਬੱਡੀ ਦੇ ਨਾਲ ਤਾਂ ਸੰਬੰਧ ਸੀ ਪਰ ਕਿਸੇ ਹੋਰ ਅਪਰਾਧ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਸੀ। ਪਰ ਹੁਣ ਕਰਨਵੀਰ ਸ਼ਰਮਾ ਦੀ ਐਸੀ ਕੀ ਮਜਬੂਰੀ ਸੀ ਕਿ ਉਸਨੇ ਨਕਲੀ ਵਰਦੀ ਪਾ ਕੇ ਨਕਲੀ ਡੀਐਸਪੀ ਬਣ ਕੇ ਘੁੰਮਣ ਦਾ ਇਰਾਦਾ ਕਰ ਲਿਆ। ਹਾਲਾਂਕਿ ਕਬੱਡੀ ਦੇ ਨਾਲ ਜੁੜੇ ਖਿਡਾਰੀ ਹੈ ਕਈ, ਉਹਨਾਂ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀਆਂ ਵੀ ਮਿਲਦੀਆਂ ਨੇ ਔਰ ਕਬੱਡੀ ਦੇ ਖਿਡਾਰੀਆਂ ਨੇ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਆਪਣੀਆਂ ਧੂਮਾਂ ਪਾਈਆਂ ਨੇ, ਆਪਣਾ ਨਾਮ ਚਮਕਾਇਆ। ਪਰ ਕਬੱਡੀ ਖਿਡਾਰੀ ਕਰਨਵੀਰ ਸ਼ਰਮਾ ਦੀ ਇੱਥੇ ਇਹੋ ਜਿਹੀ ਕਿਹੜੀ ਮਜਬੂਰੀ ਰਹੀ ਹੋਵੇਗੀ ਕਿ ਹੁਣ ਸ਼੍ਰੀਨਗਰ ਪੁਲਿਸ ਨੇ ਉਸ ਦੇ ਖਿਲਾਫ਼ ਔਰ ਉਸਦੇ ਇੱਕ ਸਾਥੀ ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ। 8 ਅਗਸਤ ਨੂੰ ਦਰਅਸਲ ਇਹ ਗ੍ਰਿਫਤਾਰੀ ਹੋਈ ਹੈ ਜਿਹੜੀ ਕਿ ਮਾਮਲੇ ਦੀ ਜਾਣਕਾਰੀ ਹੁਣ ਸਾਹਮਣੇ ਨਿਕਲ ਕੇ ਆ ਰਹੀ ਹੈ। ਫਰਜ਼ੀ ਪੁਲਿਸ ਅਧਿਕਾਰੀ ਬਣ ਕੇ ਸ਼੍ਰੀਨਗਰ ਦੇ ਵਿੱਚ ਘੁੰਮਣ ਵਾਲੇ ਪੰਜਾਬ ਦੇ ਇਹਨਾਂ ਦੋਵਾਂ ਨੌਜਵਾਨਾਂ ਨੂੰ ਸ਼੍ਰੀਨਗਰ ਪੁਲਿਸ ਨੇ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਸੀ। ਦੋਵਾਂ ਤੋਂ ਪੁੱਛਗਿੱਛ ਜਿਹੜੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਕੁਝ ਹੋਰਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਬੁੱਧਵਾਰ ਦੇਰ ਰਾਤ ਨੂੰ ਡੱਲ ਝੀਲ ਦੇ ਕਿਨਾਰੇ ਸਥਿਤ ਨਹਿਰੂ ਪਾਰਕ ਦੇ ਕੋਲ ਤੈਨਾਤ ਪੁਲਿਸ ਕਰਮਚਾਰੀਆਂ ਨੇ ਦੋਨਾਂ ਮੁਲਜ਼ਮਾਂ ਦੀਆਂ ਗਤੀਵਿਧੀਆਂ ਉਹਨਾਂ ਨੂੰ ਸ਼ੱਕੀ ਲੱਗੀਆਂ, ਜਿਸ ਤੋਂ ਬਾਅਦ ਦੋਨਾਂ ਨੂੰ ਪੁਲਿਸ ਦੀ ਵਰਦੀ ਦੇ ਵਿੱਚ ਸੀ ਇਹ ਔਰ ਇਹਨਾਂ ਉੱਤੇ ਸ਼ੱਕ ਹੋਣ ਲੱਗਿਆ ਕਿ ਪੁਲਿਸ ਕਰਮਚਾਰੀਆਂ ਨੇ ਉਹਨਾਂ 'ਤੇ ਪੁੱਛਗਿੱਛ ਕੀਤੀ। ਦੋਵਾਂ ਨੇ ਪਹਿਲਾਂ ਖੁਦ ਨੂੰ ਪੁਲਿਸ ਅਧਿਕਾਰੀ ਦੱਸਿਆ ਪਰ ਬਾਅਦ ਵਿੱਚ ਉਹਨਾਂ ਦੀ ਪਹਿਚਾਣ ਪੱਤਰ ਅਤੇ ਹੋਰ ਦਸਤਾਵੇਜ਼ ਜਦੋਂ ਮੰਗੇ ਗਏ ਤਾਂ ਉਲਟੇ ਸਿੱਧੇ ਬਿਆਨ ਉਹ ਦੇਣ ਲੱਗੇ। ਇਸ ਤੋਂ ਬਾਅਦ ਦੋਨਾਂ ਨੂੰ ਨਹਿਰੂ ਪਾਰਕ ਥਾਣੇ ਲਿਜਾਇਆ ਗਿਆ, ਜਿਸ ਤੋਂ ਬਾਅਦ ਇਹਨਾਂ ਤੋਂ ਮੁੱਢਲੀ ਪੁੱਛਗਿੱਛ ਕੀਤੀ ਗਈ ਤਾਂ ਫਿਰ ਪਤਾ ਲੱਗਦਾ ਕਿ ਇਹ ਤਾਂ ਫਰਜ਼ੀ ਵਰਦੀ ਹੈ ਅਤੇ ਫਰਜ਼ੀ ਪੁਲਿਸ ਅਧਿਕਾਰੀ ਨੇ, ਫਰਜ਼ੀ ਡੀਐਸਪੀ ਹੈ। ਗਨਮੈਨ ਦੇ ਲਈ ਖੁਦ ਨੂੰ ਕਰਵਾਈ ਸੀ ਫਰਜ਼ੀ ਕਾਲ ਖੰਨਾ ਦੇ ਦੁਰਾਹਾ ਦੇ ਇਸ ਕਰਨਵੀਰ ਸ਼ਰਮਾ ਨੇ ਦਾ ਉਸ ਵੇਲੇ ਇਹ ਕਾਰਨਾਮਾ ਹੋਰ ਜਗਜਾਰ ਹੋ ਗਿਆ, ਉਜਾਗਰ ਹੋ ਗਿਆ ਕਿਉਂਕਿ ਇੱਕ ਤਾਂ ਕਬੱਡੀ ਦਾ ਖਿਡਾਰੀ ਸੀ
ਇਸ ਨੇ ਗਨਮੈਨ ਲੈਣ ਦੇ ਲਈ ਖੁਦ ਨੂੰ ਫਰਜ਼ੀ ਕਾਲ ਕਰਵਾਈ ਸੀ ਕਿ ਫਰੌਤੀ ਮੰਗਵਾਈ ਔਰ ਧਮਕੀਆਂ ਦਿੱਤੀਆਂ ਗਈਆਂ ਸੀ। ਪੁਲਿਸ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਕਰਨਵੀਰ ਨਿਵਾਸੀ ਕੱਦੂ ਦੇ ਵਿੱਚ ਜਿੰਮ ਵੀ ਜਾਂਦਾ ਸੀ, ਜਿਸ ਦੇ ਬਾਅਦ ਉਸਦਾ ਸਾਥੀ ਲਵਪ੍ਰੀਤ ਸਿੰਘ ਕਸਰਤ ਕਰਦਾ ਸੀ। ਕਰਨਵੀਰ ਸਿੰਘ ਨੇ ਲਵਪ੍ਰੀਤ ਦੇ ਵਟਸਐਪ ਤੋਂ ਕਾਲ ਕਰਵਾਈ ਅਤੇ ਖੁਦ ਨੂੰ ਧਮਕੀਆਂ ਦਵਾ ਦਿੱਤੀਆਂ। ਇਹ ਗੱਲ ਜਦੋਂ ਅੱਗੇ ਜਾਂਚ ਤੁਰਦੀ ਉੱਥੋਂ ਪਤਾ ਲੱਗਦਾ, ਇੱਕ ਲਵਪ੍ਰੀਤ ਨਾਮ ਦਾ ਉਸਦਾ ਦੋਸਤ ਸੀ, ਉਸਦੇ ਵਟਸਐਪ ਕਾਲ ਤੋਂ ਹੀ ਇੱਕ ਕਾਲ ਕਰਵਾ ਦਿੱਤੀ ਗਈ ਤਾਂ ਕਿ ਉਸਨੂੰ ਗਨਮੈਨ ਮਿਲ ਜਾਣ। ਜਿਸ ਤੋਂ ਬਾਅਦ ਕਰਨਵੀਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਕਿ ਉਸਦੀ ਜਾਨ ਨੂੰ ਖਤਰਾ ਹੈ। ਪੁਲਿਸ ਵਿਭਾਗ ਨੇ ਤੋਂ ਉਸਨੇ ਗਨਮੈਨ ਵੀ ਉਹ ਲੈਣਾ ਚਾਹੁੰਦਾ ਸੀ। ਇਸ ਸ਼ਿਕਾਇਤ ਦੀ ਜਾਂਚ CIA ਸਟਾਫ ਖੰਨਾ ਦੇ ਵੱਲੋਂ ਕੀਤੀ ਗਈ ਸੀ। ਜਾਂਚ ਦੇ ਵਿੱਚ ਸਹਿਯੋਗ ਹੁਣ ਕਰੇਗੀ ਪੰਜਾਬ ਪੁਲਿਸ, ਇਹ ਵੀ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਤਕਨੀਕੀ ਤੌਰ ਦੇ ਉੱਤੇ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਸ ਨੰਬਰ ਤੋਂ ਧਮਕੀ ਆਈ ਉਹ ਵਿਦੇਸ਼ੀ ਨੰਬਰ ਲਵਪ੍ਰੀਤ ਦੇ ਕੋਲ ਚੱਲਦਾ ਸੀ। ਲਵਪ੍ਰੀਤ ਨੇ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਇਆ ਸੀ ਕਿ ਉਸਨੇ ਕਰਨਵੀਰ ਦੇ ਜਬਰਨ ਐਸਾ ਕਰਨ ਦੇ ਲਈ ਹੀ ਮਜਬੂਰ ਕੀਤਾ ਗਿਆ। ਕਰਨਵੀਰ ਨੇ ਹੁਣ ਲਵਪ੍ਰੀਤ ਜਿਹਦੇ ਨੰਬਰ ਤੋਂ ਇਹ ਵਟਸਐਪ ਕਾਲ ਕਰਵਾਈ ਗਈ ਕਰਨਵੀਰ ਸ਼ਰਮਾ ਨੂੰ, ਹੁਣ ਲਵਪ੍ਰੀਤ ਨੇ ਪੁਲਿਸ ਕੋਲ ਬਿਆਨ ਕੀ ਦਰਜ ਕਰਵਾਏ ਨੇ ਕਿ ਕਰਨਵੀਰ ਨੇ ਜ਼ਬਰਦਸਤੀ ਕੀਤੀ, ਮੈਨੂੰ ਜਬਰਨ ਕਿਹਾ ਕਿ ਕਾਲ ਕੀਤੀ ਜਾਵੇ ਅਤੇ ਇਸੇ ਕਰਕੇ ਹੀ ਉਸਨੂੰ ਮਜਬੂਰ ਕੀਤਾ ਗਿਆ। ਹੁਣ ਲਵਪ੍ਰੀਤ ਹੁਣ ਝੂਠ ਬੋਲ ਰਿਹਾ ਜਾਂ ਫਿਰ ਪਹਿਲਾਂ ਵੀ ਮਿਲਿਆ ਹੋਇਆ ਸੀ, ਇਹ ਤਾਂ ਹੁਣ ਪੁਲਿਸ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਣਾ। ਇਸ ਤੋਂ ਬਾਅਦ January 2024 ਦੇ ਵਿੱਚ ਕਰਨਵੀਰ ਦੇ ਖਿਲਾਫ ਦਰਾਹਾ ਥਾਣੇ ਦੇ ਵਿੱਚ ਕੇਸ ਵੀ ਦਰਜ ਕੀਤਾ ਗਿਆ ਸੀ ਕਿ ਉਸਨੇ ਫੇਕ ਕਾਲ ਕਰਾਈ। ਹੁਣ ਫਰਜ਼ੀਵਾੜੇ ਨੂੰ ਲੈ ਕੇ ਕਰਨਵੀਰ ਸ਼ਰਮਾ ਦਾ ਨਾਮ ਬੋਲਣ ਲੱਗਿਆ। ਪਹਿਲਾਂ ਗਨਮੈਨ ਲੈਣ ਦੇ ਲਾਲਚ ਦੇ ਵਿੱਚ ਖਾਤਰ ਫਰਜ਼ੀ ਕਾਲ ਕਰਵਾ ਕੇ ਆਪਣੇ ਆਪ ਨੂੰ ਧਮਕੀ ਦਵਾਈ ਔਰ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਹੈ। ਉਸ ਦੇ ਲਈ ਉਸਦੇ ਖਿਲਾਫ਼ ਪਹਿਲਾਂ ਤੋਂ ਹੀ ਜਿਹੜਾ ਕੀ ਹੈ ਪਰਚਾ ਦਰਜ ਹੈ ਦਰਾਹਾ ਥਾਣੇ ਦੇ ਵਿੱਚ। ਅਤੇ ਉੱਧਰ ਪਾਇਲ ਦੇ DSP ਨਿਖਿਲ ਗਰਗ ਨੇ ਦੱਸਿਆ ਕਿ ਫਿਲਹਾਲ ਜੰਮੂ ਪੁਲਿਸ ਨੇ ਉਹਨਾਂ ਨੂੰ ਐਸੀ ਕੋਈ ਸੂਚਨਾ ਉਹਨਾਂ ਤੋਂ ਨਹੀਂ ਮਿਲੀ ਹੈ ਜਿਸ ਪ੍ਰਕਾਰ ਦੀ ਜਾਣਕਾਰੀ ਉਹਨਾਂ ਤੋਂ ਮੰਗੀ ਜਾਏਗੀ। ਜਦੋਂ ਹੀ ਉਹ ਜਾਣਕਾਰੀ ਮੰਗਣਗੇ ਕਿ ਜ਼ਰੂਰ ਉਹਨਾਂ ਦੇ ਨਾਲ ਸਹਿਯੋਗ ਕੀਤਾ ਜਾਏਗਾ ਔਰ ਜਾਂਚ ਦੇ ਵਿੱਚ ਪੰਜਾਬ ਪੁਲਿਸ ਪੂਰਾ ਸਹਿਯੋਗ ਦੇਵੇਗੀ। ਇਹ ਜਿਹੜੇ ਉੱਥੋਂ ਦੇ DSP ਨੇ ਪਾਇਲ ਇਲਾਕੇ ਦੇ DSP ਨਿਖਿਲ ਗਰਗੇ ਉਹਨਾਂ ਨੇ ਦੱਸਿਆ ਕਿ ਜੰਮੂ ਪੁਲਿਸ ਨੂੰ ਜਿਸ ਕਿਸਮ ਦੀ ਵੀ ਕੋਈ ਕਰਨਵੀਰ ਸ਼ਰਮਾ ਦੇ ਲਈ ਜਾਂਚ ਦੇ ਲਈ ਸਹਿਯੋਗ ਦੀ ਲੋੜ ਹੋਵੇਗੀ ਸਾਡੀ ਤਾਂ ਅਸੀਂ ਜ਼ਰੂਰ ਸਹਿਯੋਗ ਦੇਵਾਂਗੇ, ਪਰ ਫਿਲਹਾਲ ਸਾਡੇ ਤੋਂ ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਮੰਗੀ ਗਈ। ਹੁਣ ਕਰਨਵੀਰ ਸ਼ਰਮਾ ਦਾ ਜਿਹੜਾ ਕਿ ਜਿਸ ਦਾ ਪਿਛੋਕੜ ਇੱਕ ਅਜਿਹੀ ਖੇਡ ਦੇ ਨਾਲ ਹੈ ਜਿਸ ਨੂੰ ਮਾਂ ਖੇਡ ਕਬੱਡੀ ਕਿਹਾ ਜਾਂਦਾ ਹੈ ਪੰਜਾਬ ਦੇ ਲਈ ਖਾਸ ਕਰਕੇ, ਤਾਂ ਉਸ ਖੇਡਦਾ ਖੇਡਦਾ ਉਸਦੀ ਮਾਨਸਿਕਤਾ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਿਵੇਂ ਆਉਣ ਲੱਗੀਆਂ ਕਿ ਹੁਣ ਇੱਕ ਪਰਚਾ ਉਸਦੇ ਕੋਲ ਪਹਿਲਾਂ ਦਰਜ ਸੀ ਪੰਜਾਬ ਦੇ ਵਿੱਚ ਫਰਜ਼ੀ ਕਾਲ ਕਰਾਉਣ ਦਾ ਗਨਮੈਨ ਲੈਣ ਦੀ ਖਾਤਰ, ਅਤੇ ਹੁਣ DSP ਦੀ ਨਕਲੀ ਵਰਦੀ ਪਾ ਕੇ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਘੁੰਮ ਰਿਹਾ ਸੀ ਉੱਥੇ ਸ਼ੱਕ ਹੋਇਆ ਉੱਥੋਂ ਦੀ ਪੁਲਿਸ ਨੂੰ। ਸਥਾਨਕ ਪੁਲਿਸ ਕਰਮਚਾਰੀਆਂ ਨੇ ਜਦੋਂ ਪੁੱਛਗਿੱਛ ਕੀਤੀ ਤਾਂ ਉਲਟੇ ਸਿੱਧੇ ਬਿਆਨ ਜਦੋਂ ਦੇਣ ਲੱਗੇ ਤਾਂ ਉੱਥੋਂ ਹੋਰ ਸ਼ੱਕ ਪੱਕਾ ਹੋ ਗਿਆ। ਫਿਰ ਦਸਤਾਵੇਜ਼ ਮੰਗੇ ਕਿ ਤੁਸੀਂ ਆਪਣਾ ਪਹਿਚਾਣ ਪੱਤਰ ਦਿਖਾਓ, ਤਾਂ ਉਹ ਵੀ ਨਹੀਂ ਦਿੱਤਾ ਗਿਆ, ਜਿਸ ਦੇ ਕਰਕੇ ਫਿਰ ਉਹਨਾਂ ਨੂੰ ਉੱਥੇ ਕਾਬੂ ਕਰ ਲਿਆ ਗਿਆ ਅਤੇ ਮੁੱਢਲੀ ਤਫਤੀਸ਼ ਦੇ ਵਿੱਚ ਪਤਾ ਲੱਗਿਆ ਕਿ ਉਹ ਜਾਅਲੀ ਵਰਦੀ ਸੀ, ਜਾਅਲੀ ਪੁਲਿਸ ਅਧਿਕਾਰੀ ਬਣ ਕੇ ਜਿਹੜਾ ਕਰਨਵੀਰ ਸ਼ਰਮਾ ਆਪਣੇ ਇੱਕ ਸਾਥੀ ਦੇ ਨਾਲ ਜਿਸ ਦਾ ਸੰਬੰਧ ਫਿਰੋਜ਼ਪੁਰ ਦੇ ਨਾਲ ਹੈ ਉਸ ਦੇ ਨਾਲ ਉੱਥੇ ਘੁੰਮ ਰਿਹਾ ਸੀ। ਅੱਗੇ ਉਹਨਾਂ ਨੇ ਇਸ ਤੋਂ ਵਰਦੀ ਪਾਉਣ ਤੋਂ ਬਾਅਦ ਕਰਨਾ ਕੀ ਸੀ ਇਸ ਦੇ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਸ਼੍ਰੀਨਗਰ ਪੁਲਿਸ ਦੇ ਵੱਲੋਂ ਸਾਹਮਣੇ ਨਹੀਂ ਆਈ। ਫਿਲਹਾਲ ਜਿੰਨੀ ਕੁ ਜਾਣਕਾਰੀ ਸਾਡੇ ਤੱਕ ਪੁੱਜੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇ। ਅਤੇ ਇਸ ਤਰ੍ਹਾਂ ਦਾ ਫਰਜ਼ੀਵਾੜਾ ਕਰਨ ਵਾਲੇ ਲੋਕਾਂ ਦੀ ਕਮੀ ਨਹੀਂ ਹੈ, ਪਰ ਜ਼ਿਆਦਾ ਦੇਰ ਇਹ ਫਰਜ਼ੀਵਾੜਾ ਚੱਲਦਾ ਨਹੀਂ, ਜਿਵੇਂ ਕਿ ਕਰਨਵੀਰ ਸ਼ਰਮਾ ਵੀ ਹੁਣ ਕਾਬੂ ਆ ਗਿਆ। ਇਸੇ ਤਰ੍ਹਾਂ ਪਹਿਲਾਂ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਫਰਜ਼ੀ ਵਰਦੀ ਪਾ ਕੇ ਫਰਜ਼ੀ ਪੁਲਿਸ ਅਧਿਕਾਰੀ ਬਣ ਕੇ ਇੱਥੋਂ ਤੱਕ ਕਿ ਕਈ ਸੂਬਿਆਂ ਦੇ ਵਿੱਚੋਂ ਤਾਂ ਫਰਜ਼ੀਵਾੜਾ ਇੱਥੋਂ ਤੱਕ ਨਜ਼ਰ ਆਇਆ ਕਿ ਕਈਆਂ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ
ਕੰਮ ਕਰਦੀਆਂ ਗੱਲਾਂ ਕਹੀਆਂ, ਕਈ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵਿੱਚ ਕੰਮ ਕਰਦੇ ਨੇ, ਇੱਥੋਂ ਤੱਕ ਕਹਿ ਕੇ ਵੀ ਉਹਨਾਂ ਨੇ ਫਰਜ਼ੀਵਾੜਾ ਕੀਤਾ। ਇੱਕ ਵਾਰੀ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਇਸੇ ਤਰ੍ਹਾਂ ਹੀ ਇੱਕ ਜੰਮੂ ਕਸ਼ਮੀਰ ਦੇ ਵਿੱਚ ਘੁੰਮਣ ਵਾਲਾ ਇੱਕ ਫਰਜ਼ੀ ਅਧਿਕਾਰੀ ਬਣ ਕੇ ਘੁੰਮ ਰਿਹਾ ਸੀ, ਜਿਹੜਾ ਕਿ ਆਪਣੇ ਆਪ ਨੂੰ ਵੱਡਾ ਸੈਂਟਰ ਦਾ ਅਧਿਕਾਰੀ ਦੱਸਦਾ ਸੀ ਅਤੇ ਉਸਦੇ ਨਾਲ ਜੈੱਡ ਪਲੱਸ ਸਿਕਿਉਰਿਟੀ ਤੱਕ ਦੇਖੀ ਗਈ ਸੀ। ਫਿਰ ਬਾਅਦ ਵਿੱਚ ਉਹ ਜਦੋਂ ਅੜਿੱਕੇ ਚੜ੍ਹਿਆ ਤਾਂ ਉਸਦੇ ਖਿਲਾਫ਼ ਵੀ ਪਰਚਾ ਦਰਜ ਹੋ ਗਿਆ ਸੀ। ਅਤੇ ਇਸ ਤਰ੍ਹਾਂ ਦੇ ਫਰਜ਼ੀਵਾੜਾ ਕਰਨ ਵਾਲੇ ਕਾਬੂ ਆ ਜਾਂਦੇ ਨੇ ਅਤੇ ਉਸੇ ਦੇ ਤਹਿਤ, ਉਸੇ ਲੜੀ ਦੇ ਤਹਿਤ ਕਾਬੂ ਆਇਆ ਜਿਹੜਾ ਕਰਨਵੀਰ ਸ਼ਰਮਾ। ਅਤੇ ਹੁਣ ਦੇਖਦੇ ਹਾਂ ਕਿ ਜਦੋਂ ਇਸ ਮਾਮਲੇ ਦੇ ਵਿੱਚ ਉਸ ਤੋਂ ਪੁੱਛਗਿੱਛ ਹੋਰ ਹੋਣੀ ਹੈ, ਉਸ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ। ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।